ਇਹ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਜਿੱਥੇ ਪ੍ਰਸ਼ਾਦੇ ਬਣਦੇ ਆ ਨਾ ਲੰਗਰ ਹਾਲ ਉਹ ਵਿਖਾਉਂਦੇ ਹਾਂ। ਇੱਧਰ ਆਟੇ ਦੀਆਂ ਬੋਰੀਆਂ ਪਈਆਂ, ਉਹ ਫੌਜੀ ਸਾਹਿਬ ਆਉਂਦੇ ਅਤੇ ਆਹ ਮਸ਼ੀਨ ਆ, ਇਹ ਲਾਡੀ ਭਾਅ ਜੀ ਇੱਥੇ ਡਿਊਟੀ ਹੁੰਦੀ ਇਹਨਾਂ ਦੀ ਮਸ਼ੀਨ 'ਤੇ ਪ੍ਰਸ਼ਾਦਿਆਂ ਲਈ, ਅਤੇ ਮਸ਼ੀਨ ਵੇਖੋ ਕਿੱਦਾਂ ਕਿੱਦਾਂ ਕੰਮ ਕਰਦੀ ਹੈ। ਮਸ਼ੀਨ ਬੰਦ ਕਰਤੀ ਉਹਨਾਂ ਨੇ, ਅੰਦਰ ਠੰਡੀ ਹੁੰਦੀ ਹੈ ਮੇਰੇ ਹਿਸਾਬ ਨਾਲ। ਇੱਧਰੋਂ ਚੱਲਦੇ ਪੇੜੇ ਪੂੜੇ ਹੈ ਨਾ, ਉੱਧਰ ਗਾਂ ਮਿਲ ਕੇ ਨਿਕਲਦਾ ਨਾ। ਦੋ ਆ ਨਾ ਮਸ਼ੀਨ ਹੈ ਨਾ, ਇੱਕ ਉਹ ਹੈ ਗਾਂ, ਇੱਧਰੋਂ ਇੱਧਰੋਂ ਮੁੜ ਕੇ ਸੇਕ ਲੱਗਦਾ 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 ਸ਼ਾਦਾ ਪੱਕ ਕੇ ਅਤੇ ਮੁੜ ਕੇ ਉਹਦੇ ਉੱਥੋਂ ਡਿੱਗਦੇ ਹੋਣੇ ਮੇਰੇ ਹਿਸਾਬ ਨਾਲ। ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ, ਉੱਥੋਂ ਦਾ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਜਿੱਥੇ ਪ੍ਰਸ਼ਾਦੇ ਬਣਦੇ ਆ ਉਹ ਮਸ਼ੀਨ। ਚਾਚਾ ਦਿੱਲੀ ਆ ਜਾਓ, ਇਹ ਆਟਾ ਗੁੰਦੀ ਹੋਣੀ ਹੈ ਨਾ, ਇਹ ਲੰਗਰ ਹਾਲ ਆ ਉੱਥੋਂ ਸਾਰਾ ਕਾਫੀ ਵੱਡਾ ਲੰਗਰ ਹਾਲ ਬਹਿਣਾ। ਆਇਆ ਮੈਨੂੰ ਮੈਂ ਸਮਝ ਗਿਆ ਅੱਜ ਭੈਣਾਂ ਹੋਰ ਹੀ ਵਰਤ ਗਿਆ ਹੈਨਾ ਜੀ ਸਾਹਿਬ, ਅੱਜ ਕੱਲ੍ਹ ਕੀ ਭੈਣਾਂ ਵਰਤ ਗਿਆ, ਕੋਈ ਨਹੀਂ ਕਹਿ ਦਾਂਗੇ ਹੈਂਡਲ ਦੇ ਕਿੱਥੇ ਤੌਲੀਆਂ ਪਿੰਡਾਂ ਤੌਲੀਆਂ ਉਹ ਡਿੱਗ ਪਏ। ਭਾਈ ਇਹ ਫੜੀ ਲਿਆਇਓ ਮੇਰਾ ਜੀ, ਮੈਂ ਮੋਢੇ 'ਤੇ ਰੱਖਿਆ ਸੀ ਡਿੱਗ ਗਿਆ।